ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ। ਤੋ ਭਾਈ ਅੱਜ ਬਾਤ ਕਰੇਂਗੇ ਕਿ CSU ਯੂਨੀਵਰਸਿਟੀ ਯਾਨੀ ਕਿ ਚਾਰਲਸ ਸਟੱਡੀ ਯੂਨੀਵਰਸਿਟੀ ਹੈ ਜੋ ਉਸਨੇ ਆਫਰ ਲੈਟਰ ਔਰ COE ਕਿਉਂ ਹੋਲਡ ਪੇ ਕਰ ਰੱਖੀ ਹੈ, ਮਤਲਬ ਕਿਉਂ ਨਹੀਂ ਦੇ ਰਹੀ ਹੈ ਵੋ, ਤੋ ਉਸਕਾ ਵੀ ਰੀਜ਼ਨ ਅੱਜ ਪੂਰਾ ਬਤਾਏਂਗੇ ਆਪਕੋ। ਤੋ ਕਰਤੇ ਹੈ ਵੀਡੀਓ ਕੋ ਸਟਾਰਟ। ਪਹਿਲੀ ਬਾਤ ਮੈਂ ਆਪਕੋ ਬਤਾ ਦੂੰ ਕਿ ਜੋ ਸਟੱਡੀ ਸੈਂਟਰ ਹੈ ਉਨ੍ਹੀਂ ਮੇਂ ਯੇ ਦਿੱਕਤ ਆਈ ਹੈ। ਸਟੱਡੀ ਸੈਂਟਰ ਅਲੱਗ ਹੈ, ਕੈਂਪਸਸ ਅਲੱਗ ਹੈ। ਕੈਂਪਸ ਜੈਸੇ ਹਮਾਰਾ ਵਾਲਾ ਹੈ, ਪੂਰਨ ਮੁਕਾਰੀ ਵਾਲਾ ਹੈ, ਇੱਕ ਵਾਗਾ ਵਾਗਾ ਸਿਟੀ ਵਾਲਾ ਹੈ, ਔਰ ਕਾਫੀ ਜਗ੍ਹਾ ਯੇ ਕੈਂਪਸ ਹੈ, ਔਰ ਜੋ ਮੇਲਬਰਨ, ਸਿਡਨੀ ਔਰ ਬ੍ਰਿਸਬੇਨ ਮੇਂ ਯੇ ਸਟੱਡੀ ਸੈਂਟਰਸ ਹੈ। ਇਹਮੇ ਥੋੜਾ ਸਾ ਡਿਫਰੈਂਸ ਹੋਤਾ ਹੈ, ਕੈਂਪਸ ਕੈਂਪਸ ਹੋਤਾ ਹੈ, ਸਟੱਡੀ ਸੈਂਟਰ ਹੋਤਾ ਹੈ, ਠੀਕ ਹੈ ਜੀ। ਔਰ ਇਸਕੇ ਬਾਅਦ ਬਾਤ ਕਰਤੇ ਹੈ ਕਿ ਇਨਮੇਂ ਦਿੱਕਤ ਕਿਆ ਹੋਈ ਹੈ, ਕਿਉਂ ਨਹੀਂ ਯੇ ਦੇ ਰਹੇ। ਤੋ ਦਿੱਕਤ ਇਹ ਹੈ ਕਿ ਇੱਕ ਔਰਗਨਾਈਜੇਸ਼ਨ ਹੈ TSQA ਕਰਕੇ, ਫੁੱਲ ਫਾਰਮ ਆਪ ਗੂਗਲ ਕਰ ਲੈਣਾ। ਤੋ ਉਸਨੇ ਪਹਿਲੇ ਤੋਂ ਉਨਕੇ ਪਾਸ ਕੁਛ ਸ਼ਿਕਾਇਤ ਵਗੈਰਾ ਗਈ ਥੀ। ਆਪ TSQA ਕੋ ਇੱਕ ਹਿਸਾਬ ਸੇ ਆਪ ਸ਼ਿਕਸ਼ਾ ਵਿਭਾਗ ਮਾਨ ਸਕਤੇ ਹੋ, ਮਤਲਬ ਹੈ ਨਹੀਂ ਵੋ, ਮਤਲਬ ਵੋ ਯਹਾਂ ਕੀ ਇੱਕ ਔਰਗਨਾਈਜੇਸ਼ਨ ਹੈ ਜੋ ਆਪ ਪੜ੍ਹਾਈ ਲਿਖਾਈ ਕਾ ਲੇਖਾ ਜੋਖਾ ਦੇਖਤੀ ਹੈ ਯਹਾਂ ਕਾ। ਤੋ ਉਨਕੇ ਪਾਸ ਕੁਛ ਇਨਫੋਰਮੇਸ਼ਨ ਵਗੈਰਾ ਗਲਤ ਪਹੁੰਚੀ ਇਨਕੀ, ਮਤਲਬ ਸਟੂਡੈਂਟਸ ਕੋ ਸਹੀ ਟ੍ਰੀਟ ਨਹੀਂ ਕਰਤੇ ਹੋਗੇ, ਜਾਂ ਮਤਲਬ ਕੁਛ ਨਾ ਕੁਛ ਵੀ ਇਲੀਗਲ ਹੋ ਰਿਹਾ ਤਾ ਵਾਂ। ਤੋ ਪਹਿਲੇ ਇਨ ਸਭੀ ਸਟੱਡੀ ਸੈਂਟਰਸ ਕੋ ਨੋਟਿਸ ਗਿਆ ਥਾ। ਤੋ ਨੋਟਿਸ ਇਨ ਲੋਗੋਂ ਨੇ ਜ਼ਿਆਦਾ ਧਿਆਨ ਨਹੀਂ ਦਿਆ, ਤੋ ਇਹਨਾਂ ਨੇ ਸੋਚਿਆ ਵੀ ਚਲਾਤੇ ਹੈ, ਤੋ ਚੱਲ ਰਿਹਾ ਥਾ ਕੰਮ ਜਬ ਤੱਕ ਚੱਲਦਾ ਥਾ। ਤੋ ਅਬ TSQA ਨੇ ਜੋ ਵੀ ਨਏ ਸਟੂਡੈਂਟਸ ਆ ਰਹੇ ਥੇ ਉਨਕੇ ਆਫਰ ਲੈਟਰ ਬੰਦ ਕਰਵਾ ਦੀਏ, ਔਰ COE ਜਿਨਕੀ ਆਨੇ ਵਾਲੀ ਸੀ ਆਫਰ ਲੈਟਰ ਕੇ ਬਾਅਦ ਜੋ ਪ੍ਰੋਸੈਸ ਹੋਈ ਥੀ, ਅਬ ਵੋ ਬਿਲਕੁਲ ਬੰਦ ਹੈ। ਤੋ ਅਬ ਜੋ ਕੰਸਲਟੈਂਟ ਵਗੈਰਾ ਹੈ ਵੋ ਤੋ ਦਿਲਾਸਾ ਦਿਲਾ ਰਹੇ ਕਿ ਵੇਟ ਕਰੋ, ਹੋ ਜਾਏਗਾ ਹੋ ਜਾਏਗਾ, ਲੇਕਿਨ ਭਾਈ ਜਹਾਂ ਤੱਕ ਜੀ ਹਮ ਲੋਗੋ ਕੋ ਪਤਾ ਹੈ ਅਬ ਕੁਛ ਨਹੀਂ ਹੋਣੇ ਵਾਲਾ, ਕਿਉਂਕਿ TSQA ਨੇ ਰੋਕ ਲਗਾਈ ਹੈ। ਤੋ ਭਾਈ ਇਹ ਨਾ ਹਟਨੇ ਵਾਲੀ ਅਭੀ, ਕਿਉਂਕਿ ਜਬ ਤੱਕ ਹਟੇਗੀ ਤਬ ਤੱਕ ਆਪਕਾ ਇਨਟੇਕ ਨਿਕਲ ਜਾਣਾ, ਕਿਉਂਕਿ ਇਨਕੋ ਪ੍ਰੂਵ ਕਰਨਾ ਪੜੇਗਾ ਕਿ ਹਮ ਲੋਕ ਸਹੀ ਹੈ। ਤੋ ਉਸਕੇ ਲਈ ਕੋਰਟ ਕਚਹਿਰੀ ਤੋਂ ਜਾਣਾ ਪੜੇਗਾ ਜੀ, ਕਿਉਂਕਿ ਰੂਲਸ ਰੂਲਸ ਹੋਤੇ। ਤੋ ਇਸ ਲਈ ਆਪ ਆਪਣਾ ਅਗਰ ਆਪਕਾ ਆਫਰ ਲੈਟਰ ਨਹੀਂ ਆ ਰਿਹਾ, ਤੋ ਭਾਈ ਆਪ ਕਿਸੀ ਔਰ ਯੂਨੀਵਰਸਿਟੀ ਮੇਂ ਅਪਲਾਈ ਕਰ ਲੋ, ਕੋਈ ਜ਼ਰੂਰਤ ਨਹੀਂ ਹੈ ਟਾਈਮ ਵੇਸਟ ਕਰਨੇ ਕੀ, ਕਿਉਂਕਿ ਆਪ ਇਸਮੇਂ ਫਸੇ ਰਹੋਗੇ, ਕਿਉਂਕਿ ਅਬ ਜਿਨਕੀ COE ਵਗੈਰਾ ਫਸੀ ਹੋਈ, ਫੀਸ ਗਈ ਉਨਕੀ, ਉਨਕੀ ਤੋਂ ਮਜਬੂਰੀ ਹੈ ਭਾਈ। ਲੇਕਿਨ ਜਿਨ੍ਹਾਂ ਨੇ ਅਬ ਅਪਲਾਈ ਕਰਨਾ ਹੈ, ਤੋ ਕੋਈ ਔਰ ਯੂਨੀਵਰਸਿਟੀ ਚੂਜ਼ ਕਰ ਲਓ, CSU ਛੋੜ ਦਿਓ। ਕਿਉਂਕਿ ਬੀਚ ਮੇਂ ਮੇਰੇ ਕੋ ਪਤਾ ਲਗਾ ਥਾ ਕਿ ਦੋ ਦਿਨ ਪਹਿਲੇ ਕੀ ਬਾਤ ਹੈ ਕਿ ਯੂਨੀਵਰਸਿਟੀ ਬਲੈਕਲਿਸਟਡ ਹੋ ਗਈ ਹੈ। ਤੋ ਜੀ ਮੈਂ ਮੇਰਾ ਜੀ ਹੋਸ਼ ਉੜ ਗਿਆ, ਮੈਂ ਕਿਹਾ CSU ਬਲੈਕਲਿਸਟਡ ਹੋ ਗਈ ਤਾਂ ਹੱਦ ਹੋ ਗਈ। ਤੋ ਭਾਈ ਹਮ ਲੋਗੋਂ ਨੇ ਕਨਫਰਮ ਕੀਆ ਮੇਰੇ ਕੋ ਇਹ ਥਾ ਕਿ ਕਹੀਂ ਹਮ ਲੋਗੋਂ ਕੋ ਦਿੱਕਤ ਨਾ ਆ ਜਾਏ। ਤੋ ਕੋਈ ਵੀ ਬਲੈਕਲਿਸਟਡ ਕੋਈ ਵੀ ਨਹੀਂ ਹੋਈ ਹੈ, ਲੇਕਿਨ ਇਹ ਕਿ TSQA ਨੇ ਰੋਕ ਲਗਾ ਰੱਖੀ ਉਨ ਪੇ, ਬਲੈਕਲਿਸਟਡ ਕੋਈ ਵੀ ਕੈਂਪਸ ਨਹੀਂ ਹੈ, ਨਾ ਕੋਈ ਸਟੱਡੀ ਸੈਂਟਰ ਹੈ, ਬਸ ਇਹ ਕਿ ਵਹਾਂ ਰੋਕ ਲੱਗੀ ਹੋਈ ਹੈ, ਜੋ ਬੱਚੇ ਵਹਾਂ ਪੜ੍ਹ ਰਹੇ ਹੈ ਵਹੀ ਪੜ੍ਹੇਂਗੇ, ਬਾਕੀ ਕੋਈ ਨਹੀਂ ਪੜ੍ਹੇਗਾ। ਔਰ ਜੋ ਬਲੈਕਲਿਸਟਡ ਹੋਇਆ ਤੀ ਯੂਨੀਵਰਸਿਟੀ, ਵਹਾਂ ਖਾਲੀ ਔਨਲਾਈਨ ਕਲਾਸਿਸ ਹੀ ਚਲਤੀ ਹੈ ਜ਼ਿਆਦਾਤਰ, ਕਿਉਂਕਿ ਜਬ ਤੱਕ ਉਨਕਾ ਪੁਰਾਣਾ ਬੈਚ ਹੋਤਾ ਉਹ ਖਤਮ ਹੋਇਆ, ਉਸਕੇ ਬਾਅਦ ਖਾਲੀ ਵੋ ਔਨਲਾਈਨ ਕਲਾਸਿਸ ਹੀ ਪ੍ਰੋਵਾਈਡ ਕਰਵਾਤੇ ਹੈ, ਨਾ ਕਿ ਔਨ ਕੈਂਪਸ ਸਟੱਡੀ। ਤੋ ਮੇਨ ਰੀਜ਼ਨ ਇਹੀ ਹੈ ਕਿ ਕੁਛ ਨਾ ਕੁਛ ਗਲਤੀਆਂ ਕਰੀਆਂ ਇਨ ਸਟੱਡੀ ਸੈਂਟਰਸ ਨੇ, ਤੋ ਇਸ ਚੱਕਰ ਮੇਂ ਉਨਕੋ ਭੁਗਤਣਾ ਪੜ ਰਿਹਾ ਹੈ। ਤੋ ਬਾਕੀ ਇਹ ਕਿ ਜੋ ਬੰਦਾ ਆਸਟ੍ਰੇਲੀਆ ਮੇਂ ਵੋ ਮਾਈਗ੍ਰੇਟ ਜ਼ਰੂਰ ਕਰ ਸਕਦਾ ਹੈ ਯੂਨੀਵਰਸਿਟੀਜ਼ ਮੇਂ, ਉਸਕਾ ਕੋਈ ਇਸ਼ੂ ਨਹੀਂ ਹੈ, ਲੇਕਿਨ ਇਹ ਕਿ ਅਗਰ ਆਪ ਇੰਡੀਆ ਸੇ ਅਪਲਾਈ ਕਰ ਰਹੇ ਹੋ, ਪਾਕਿਸਤਾਨ ਸੇ ਅਪਲਾਈ ਕਰ ਰਹੇ ਹੋ CSU ਯੂਨੀਵਰਸਿਟੀ ਮੇਂ, ਤੋ ਭਾਈ ਆਪਕੀ COE ਅਬ ਨਹੀਂ ਆਉਣੇ ਵਾਲੀ ਹੈ। ਅਗਰ ਆਪਨੇ ਸਟੱਡੀ ਸੈਂਟਰਸ ਮੇਂ ਅਪਲਾਈ ਕੀਆ, ਅਗਰ ਆਪਨੇ ਕੈਂਪਸਸ ਮੇਂ ਅਪਲਾਈ ਕੀਆ, ਜੈਸੇ ਹਮਾਰਾ ਕੈਂਪਸ ਹੈ, ਤੋ ਆ ਜਾਏਗਾ, ਕੋਈ ਇਸ਼ੂ ਨਹੀਂ ਹੈ। ਔਰ ਇੱਕ ਚੀਜ਼ ਮੈਂ ਹੋਰ ਬਤਾ ਦੂੰ, ਕਾਫੀ ਲੋਕ ਮੇਰੇ ਸੇ ਇਹ ਵੀ ਪੁੱਛਦੇ ਕਿ ਭਾਈ ਆਪਕਾ ਆਫਰ ਲੈਟਰ ਕਿੰਨੇ ਦਿਨ ਮੇਂ ਆਇਆ ਥਾ। ਤੋ ਮੈਂ ਭਾਈ ਆਲਰੇਡੀ ਮੇਰੀ ਚੀਜ਼ ਕਾਫੀ ਵਾਰ ਕਲੀਅਰ ਕਰ ਚੁੱਕਾ ਹਾਂ ਕਿ ਮੇਰਾ 12 ਦਿਨ ਮੇਂ ਆਫਰ ਲੈਟਰ ਆਇਆ ਥਾ ਔਰ 6 ਦਿਨ ਮੇਂ ਮੇਰਾ ਵੀਜ਼ਾ ਆਇਆ। ਦੋ ਚਾਰ ਚੀਜ਼ ਔਰ ਕਲੀਅਰ ਕਰ ਰਹੀ CSU ਯੂਨੀਵਰਸਿਟੀ ਬਾਰੇ ਮੇਂ। ਦੇਖੋ ਜੀ, ਕਾਫੀ ਲੋਕ ਮੇਰੇ ਸੇ ਇਹ ਵੀ ਪੁੱਛਦੇ ਕਿ ਭਾਈ ਸਟੱਡੀ ਹਾਰਡ ਹੈ ਕਿ ਈਜ਼ੀ ਹੈ। ਭਾਈ ਦੇਖੋ, ਇਹ ਡਿਪੈਂਡ ਕਰਦਾ ਆਪ ਪੇ, ਅਗਰ ਆਪ ਪੜ੍ਹਨੇ ਵਾਲੇ ਅੱਛੇ ਹੋ ਤਾਂ ਈਜ਼ੀ, ਅਗਰ ਨਹੀਂ ਪੜ੍ਹਨੇ ਵਾਲੇ ਤਾਂ ਟਫ ਹੈ। ਹਮ ਲੋਕ ਐਵਰੇਜ ਹੈ ਤਾਂ ਹਮਾਰੇ ਲਈ ਟਫ ਹੀ ਲੱਗਦੀ ਹੈ। ਤੋ ਆਪਣੇ ਹਿਸਾਬ ਸੇ ਰਹੇ, ਕਿਉਂਕਿ ਯਹਾਂ ਪੇ ਯੇ ਕਿ ਆਪਕੋ ਅਸਾਈਨਮੈਂਟਸ ਟਾਈਮ ਟੂ ਟਾਈਮ ਦੇਣੇ ਪੜਤੇ ਹੈ, ਔਰ ਰਿਸਟ੍ਰਿਕਸ਼ਨਸ ਕੁਛ ਜ਼ਿਆਦਾ ਹੈ ਇਸ ਯੂਨੀਵਰਸਿਟੀ ਮੇਂ। ਤੋ ਆਪਣਾ ਸੋਚ ਸਮਝ ਕੇ ਅਪਲਾਈ ਕਰੇ, ਲੇਕਿਨ ਇਹ ਕਿ ਵੀਜ਼ਾ ਵਗੈਰਾ ਜਲਦੀ ਆ ਜਾਂਦਾ ਇਸ ਯੂਨੀਵਰਸਿਟੀ ਕੇ। ਉਮੀਦ ਕਰਤੇ ਜੀ ਛੋਟੀ ਸੀ ਵੀਡੀਓ ਆਪਕੋ ਕੁਛ ਨਾ ਕੁਛ ਪਤਾ ਚਲਾ ਹੋਗਾ ਕਿ CSU ਕਿਉਂ ਨਹੀਂ ਦੇ ਰਹੀ ਹੈ, ਔਰ ਅਬ ਆਪਕੋ ਕਿਆ ਕਰਨਾ ਹੈ। ਜਿਨਕੇ ਆਫਰ ਲੈਟਰ ਨਹੀਂ ਆਏ ਨਾ ਭਾਈ, ਕਹੀਂ ਔਰ ਟਰਾਈ ਕਰ ਲਓ, ਮੇਰਾ ਮਾਨਨਾ ਤਾਂ ਇਹ ਹੈ। ਤੋ ਮਿਲਤੇ ਨੈਕਸਟ ਵੀਡੀਓ ਮੇਂ, ਤਬ ਤੱਕ ਕੇ ਲਈ ਬਾਏ ਬਾਏ, ਆਪਣਾ ਖਿਆਲ ਰੱਖੇ।